ਜਿਹੜੀ ਪੈਨਸ਼ਨ ਹੈਗੀ ਆ ਹੁਣ ਇੱਕ ਪੈਨਸ਼ਨ ਹੀ ਮਿਲੂਗੀ ਇੱਕ ਵਿਧਾਇਕ ਨੂੰ ਜਿਵੇਂ ਕੋਈ 5 ਵਾਰ ਬਣਿਆ ਜਾਂ 6 ਵਾਰ ਬਣਿਆ ਤਾਂ ਇੱਕ ਪੈਨਸ਼ਨ ਹੀ ਮਿਲੇਗੀ ਤੁਹਾਡਾ ਕੀ ਟੇਕ ਹੈਗਾ ਇਸ ਨੂੰ ਲੈ ਕੇ ਦੇਖੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਇੱਕ ਪੈਨਸ਼ਨ ਹੀ ਮਿਲਦੀ ਹੈ ਸਿਰਫ ਅੱਗੇ ਇਨਕਰੀਮੈਂਟ ਹੁੰਦੇ ਨੇ ਇਨਕਰੀਮੈਂਟ ਮਿਲਦੇ ਨੇ ਕਦੇ ਵੀ ਜੇ ਕੋਈ 5 ਵਾਰੀ MLA ਬਣਿਆ ਤਾਂ ਉਹਨੂੰ 5 ਪੈਨਸ਼ਨਾਂ ਨਹੀਂ ਮਿਲਦੀਆਂ ਸਿਰਫ ਇਨਕਰੀਮੈਂਟ ਮਿਲਦੇ ਆ ਇਹਨਾਂ ਨੇ ਭਗਵੰਤ ਮਾਨ ਨੇ ਸਿਰਫ ਜਿਹੜਾ ਇਨਕਰੀਮੈਂਟ ਸੀ ਇਨਕਰੀਜ਼ ਸੀ ਕੁਛ ਪਰਸੈਂਟੇਜ ਸਿਰਫ ਉਹ ਬੰਦ ਕੀਤੀ ਹੈ ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਨੇ ਦੂਸਰੀ ਹਾਂਜੀ ਦੂਸਰੀ ਗੱਲ ਸ਼੍ਰੀ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਸੀ ਸਾਡੇ ਕੋਲ ਡਾਟਾ ਅਵੇਲੇਬਲ ਹੈ ਆਮ ਆਦਮੀ ਪਾਰਟੀ ਦੀ ਸੈਲਰੀ 54,000 ਰੁਪਏ ਸੀ ਉਸ ਟਾਈਮ ਟੋਟਲ ਅਮਾਲੂਮੈਂਟਸ ਅਤੇ ਹੁਣ 90,000 ਹੈ ਪੰਜਾਬ ਦੇ ਨਾਲੋਂ ਹਾਲੇ ਵੀ 10,500 ਰੁਪਇਆ ਦਿੱਲੀ ਦੇ MLA ਦੀ ਸੈਲਰੀ ਵੱਧ ਹੈ ਲੇਕਿਨ ਦਸੰਬਰ 2015 ਦੇ ਵਿੱਚ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 2,10,000 ਰੁਪਇਆ ਆਮ ਆਦਮੀ ਪਾਰਟੀ ਦੇ MLA ਦੀ ਜਿਹੜੀ ਸੈਲਰੀ ਆ ਹੋਣੀ ਚਾਹੀਦੀ ਆ ਮੈਂ ਬਿਲਕੁਲ ਇਹ ਕਹਿਣਾ ਜੋ ਕੇਜਰੀਵਾਲ ਨੇ ਦਸੰਬਰ 2015 'ਚ ਫੈਸਲਾ ਕੀਤਾ ਸੀ MLA ਦੀਆਂ ਤਨਖਾਹਾਂ ਵਧਾਉਣ ਦਾ 2,10,000 ਰੁਪਇਆ ਉਹ ਹੋਣਾ ਚਾਹੀਦਾ ਬੇਸ਼ੱਕ ਇਹ ਆਮ ਆਦਮੀ ਪਾਰਟੀ ਦੇ ਸਿਰਫ ਜਿਹੜੇ ਉਹ ਉੱਪਰ ਉੱਪਰ ਵਾਲੇ ਕਹਿ ਲਓ ਲੋਕਾਂ ਨੂੰ ਸ਼ਾਇਦ ਇਹ ਗੱਲ ਨਾ ਜਚੇ ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ MLA 24 ਘੰਟੇ ਤੁਹਾਡੇ ਕੋਲ ਅਵੇਲੇਬਲ ਹੈ ਉਹਦੇ ਦਫ਼ਤਰ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ 54,000 ਨਾਲ 60,000 ਨਾਲ 80,000 ਨਾਲ ਗੁਜ਼ਾਰਾ ਨਹੀਂ ਹੋ ਸਕਦਾ ਉਹਨੇ ਆਪਣੇ ਬੱਚੇ ਵੀ ਪਾਲਣੇ ਨੇ ਜੇ ਤੁਸੀਂ ਇਕੱਲੀ ਕਹਿ ਦਿਓ ਵੀ ਸੇਵਾ ਹੀ ਹੈ ਫਿਰ ਤਾਂ ਸਾਰੇ ਹਿੰਦੁਸਤਾਨ 'ਚ ਬੰਦ ਕਰ ਦਿਓ ਫਿਰ ਸਾਰੇ ਬਰਾਬਰ ਕਰ ਦਿਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ UP ਦੇ ਵਿੱਚ ਇੱਕ MLA ਦੀ ਜਿਹੜੀ ਤਨਖਾਹ ਆ ਟੋਟਲ ਅਮਾਲੂਮੈਂਟ 1,98,000 ਆ ਤਕਰੀਬਨ 2 ਲੱਖ ਹਿਮਾਚਲ ਪ੍ਰਦੇਸ਼ ਦੇ ਵਿੱਚ 1,90,000 ਹੈ ਰਾਜਸਥਾਨ ਦੇ ਵਿੱਚ 1,42,000 ਹੈ ਤੇਲੰਗਾਨਾ ਦੇ ਵਿੱਚ 2,50,000 ਰੁਪਈਆ ਇਹ ਕਿਹਾ ਜਾਂਦਾ ਹੈ ਕਿ ਜਿਹੜਾ MLA ਦਾ ਸਟੇਟਸ ਹੈ ਉਹ ਹੈਗਾ ਆ ਚੀਫ ਸੈਕਟਰੀ ਦੇ ਸਟੇਟ ਦੇ ਬਰਾਬਰ ਮੈਂ ਕਹਿੰਦਾ ਨਾ ਤੁਸੀਂ ਉਸ ਤੋਂ ਵੱਧ ਦਿਓ ਕਮ ਸੇ ਕਮ MLA ਨੂੰ ਜਿਹੜਾ ਚੀਫ ਸੈਕਟਰੀ ਦਾ ਜਿਹੜਾ ਸਟੇਟਸ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ ਉਹਦੇ ਨਾਲ ਉਹਨੂੰ 19 ਸੈਲਰੀ ਦੇਣੀ ਚਾਹੀਦੀ ਹੈ ਇਹ ਕਿਉਂ ਮੈਂ ਕਹਿੰਦਾ ਸਾਰਾ ਦਿਨ MLA ਨੇ ਕੰਮ ਕਰਨਾ ਉਹਨਾਂ ਦੇ ਪਰਿਵਾਰ ਵੀ ਨਾਲ ਕੰਮ ਕਰਦੇ ਨੇ ਜੇ ਕਿਸੇ MLA ਕੋਲ ਚਾਹ ਪਿਲਾਉਣ ਨੂੰ ਪੈਸੇ ਨਹੀਂ ਹੋਣਗੇ ਤਾਂ ਕਰਪਸ਼ਨ ਕਰੇਗਾ ਇਹੀ ਕੇਜਰੀਵਾਲ ਨੇ ਕੀਤਾ ਸੀ ਆ ਕੇ ਜੇ ਉਹਨਾਂ ਦਾ MLA ਦੇ ਕੋਲ ਪ੍ਰੋਪਰ ਪੈਸੇ ਨਹੀਂ ਹੈ ਰੋਟੀ ਚਲਾਉਣ ਨੂੰ ਪੈਸੇ ਨਹੀਂ ਆ ਤਾਂ ਕਰਪਸ਼ਨ ਕਰਨਗੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਕਿ MLA ਦੀ ਤਨਖਾਹ ਵੱਧ ਚਾਹੀਦੀ ਹੈ ਇਹਦੇ 'ਚ ਕੋਈ ਬੁਰਾਈ ਨਹੀਂ ਕਿ ਉਹਨੂੰ ਪੈਨਸ਼ਨ ਵੀ ਚਾਹੀਦੀ ਹੈ ਹਾਂ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਇਹ ਗਲਤ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਕਿ ਜੀ ਜੇ 5 ਵਾਰੀ MLA ਬਣ ਗਿਆ ਤਾਂ 5 ਪੈਨਸ਼ਨਾਂ ਲੈਂਦਾ ਇਹ ਗਲਤ ਹੈ ਸਿਰਫ ਇਨਕਰੀਮੈਂਟ ਮਿਲਦੀ ਹੈ ਇਸ ਕਰਕੇ ਇਹ ਜਿਹੜਾ ਫੈਸਲਾ ਭਗਵੰਤ ਮਾਨ ਨੇ ਕੀਤਾ ਇਨਕਰੀਮੈਂਟ ਬੰਦ ਕਰਨ ਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਪਰਸੈਂਟੇਜ ਘਟਾਈ ਵਧਾਈ ਜਾ ਸਕਦੀ ਹੈ ਜਿਸ ਤਰ੍ਹਾਂ ਮੈਂ DC ਵੀ ਰਿਹਾ ਮੈਂ ਰਿਟਾਇਰ ਹੋਇਆ ਐਜ਼ ਐਨ IAS ਅਫਸਰ ਮੇਰੇ ਜਿਹੜੇ ਪੱਤੇ ਨੇ ਉਹਨਾਂ ਦੇ ਵਿੱਚ ਵੀ ਸਰਕਾਰਾਂ ਦੁਆਰਾ ਕਿਤੇ ਨਾ ਕਿਤੇ ਥੋੜ੍ਹਾ ਬਾਤਾ ਮਹਿੰਗਾਈ ਕਰਕੇ ਇਨਫਲੇਸ਼ਨ ਕਰਕੇ ਉਹਦੇ 'ਚ ਵੀ ਵਾਧਾ ਹੁੰਦਾ ਅਤੇ ਜੇ MLA ਨੂੰ ਇੱਕ ਪੈਨਸ਼ਨ ਮਿਲਦੀ ਹੈ ਜੇ ਉਹਨੂੰ ਕੋਈ ਪਰਸੈਂਟੇਜ ਮਹਿੰਗਾਈ ਦੇ ਮੁਤਾਬਕ ਵੱਧਦੀ ਹੈ ਤਾਂ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ ਕੋਈ ਗਲਤ ਗੱਲ ਨਹੀਂ ਹੈ ਲੋਕਾਂ ਨੂੰ ਭਗਵੰਤ ਮਾਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਸਰ ਲੱਗਦਾ ਨਹੀਂ ਹੈ ਕਿ ਇਹਦੇ ਨਾਲ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਲੋਕਾਂ ਦਾ ਫਾਇਦਾ ਹੋਊਗਾ ਕਿਉਂਕਿ ਲਗਭਗ 80 ਕਰੋੜ ਜਿਹੜਾ ਹੈਗਾ ਵਾ ਉਹ ਬਚਤ ਹੋਊਗੀ 80 ਕਰੋੜ ਦੀ ਸਰ ਲੇਕਿਨ ਕਰਪਸ਼ਨ ਕਿੰਨੀ ਵਧੇਗੀ ਉਹਨੇ MLA ਕਰਪਸ਼ਨ ਕਰਨਗੇ ਕਿੱਥੋਂ ਚਲਾਉਣਗੇ ਆਪਣੇ ਘਰ MLA ਜਿਹੜਾ ਇੱਕ MLA ਆਮ ਆਦਮੀ ਪਾਰਟੀ ਦਾ ਬਣਿਆ ਜਾਂ ਦੂਜੀਆਂ ਪਾਰਟੀਆਂ ਦਾ MLA ਹੈ ਜਿਹਦੇ ਕੋਲ ਕੋਈ ਬਿਜ਼ਨਸ ਨਹੀਂ ਹੈ ਕੋਈ ਰਿਸੋਰਸਿਜ਼ ਨਹੀਂ ਹੈ ਉਹ ਆਪਣਾ ਘਰ ਬਾਰ ਕਿੱਦਾਂ ਚਲਾਊਗਾ ਉਹ ਕਿੱਦਾਂ ਮੁਫਤ ਵਿੱਚ ਸੇਵਾ ਕਰੂਗਾ ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ ਹਾਂ ਜਿਹੜਾ ਇਨਕਰੀਮੈਂਟ ਹੈ ਪੈਨਸ਼ਨ ਤੋਂ ਬਾਅਦ ਉਹ ਘਟਾਇਆ ਜਾ ਸਕਦਾ ਆ ਉਹਦੀ ਪਰਸੈਂਟੇਜ ਘਟਾਈ ਜਾ ਸਕਦੀ ਹੈ ਅਕੋਰਡਿੰਗ ਟੂ ਮੈਂ ਵਾਰ-ਵਾਰ ਕਹਿੰਦਾ ਅਕੋਰਡਿੰਗ ਟੂ ਮਹਿੰਗਾਈ ਜਿਵੇਂ ਮਹਿੰਗਾਈ ਭੱਤਾ ਮੁਲਾਜ਼ਮਾਂ ਨੂੰ ਮਿਲਦਾ ਉਸ ਦੇ ਹਿਸਾਬ ਨਾਲ MLAਆਂ ਦਾ ਵੀ ਜਿਹੜਾ ਇਨਕਰੀਜ਼ ਹੈ ਮਹਿੰਗਾਈ ਕਰਕੇ ਉਹ ਹੋਣੀ ਚਾਹੀਦੀ ਸਰ ਇਹਦਾ ਮਤਲਬ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਡਰਾਮੇਬਾਜ਼ੀ ਹੈ ਕੰਮ ਤਾਂ ਕਰਨ ਵਾਲਾ ਇਹ ਹੈ
ਇਹ ਕਹਿੰਦੇ ਸੀ ਅਸੀਂ 15,000 ਕਰੋੜ ਰੁਪਇਆ ਐਕਸਾਈਜ਼ ਚੋਂ ਰੈਵਨਿਊ, ਕੰਮ ਤਾਂ ਉਹ ਕਰਨ, ਠੀਕ ਹੈ ਨਾ। ਰੇਤੇ ਬਜਰੀ ਤੋਂ ਕਹਿੰਦੇ ਸੀ ਅਸੀਂ 30,000 ਕਰੋੜ ਰੁਪਇਆ ਵਾ ਲਿਆਵਾਂਗੇ, ਕੰਮ ਤਾਂ ਇਹ ਕਰੇ ਨਾ ਜੀ। ਇਹ ਤਾਂ ਐਵੇਂ ਹੁਣ ਆ ਸ਼ੋਸ਼ੇਬਾਜ਼ੀਆਂ ਡਰਾਮੇਬਾਜ਼ੀਆਂ 'ਚ ਲੱਗ ਗਿਆ ਜੀ, ਉਹ ਪੱਤਾ ਕਟਾਤਾ ਜੀ। ਇਹ ਫੋਕੀ ਵਾਹਵਾ ਸ਼ਾਵਾ ਆ, ਇਹਦੇ ਵਿੱਚ ਕੁਛ ਨਹੀਂ ਰੱਖਿਆ। ਇਹ ਪੰਜਾਬ ਦੇ ਲੋਕ, ਆਮ ਆਦਮੀ ਪਾਰਟੀਆਂ ਨੇ ਪਹਿਲਾਂ ਵੀ ਗਰੰਟੀਆਂ ਦੇ ਦੇ ਕੇ ਸਾਨੂੰ ਵਰਗਲਾ ਲਿਆ, ਇਹਨਾਂ ਦੇ ਬਹਿਕਲਾਵੇ 'ਚ ਨਾ ਆਓ। ਇਹ ਜਿਹੜਾ ਇੰਕਰੀਮੈਂਟ ਘਟਾਇਆ, ਖਤਮ ਕੀਤਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਇਹ ਪੈਣਾ ਕਿ ਆਪਣੀਆਂ ਗੱਡੀਆਂ ਨਾ ਚਲਾਉਣ, ਇਹ ਜੇ ਇਹ ਗੱਲਾਂ ਹੀ ਕਰਨੀਆਂ ਚਾਹੁੰਦੇ ਹਾਂ ਤਾਂ ਫਿਰ ਇਹ ਨਾ ਕਰਨ। ਜੇ ਕਿਤੋਂ ਰੈਵਨਿਊ ਜਨਰੇਟ ਹੁੰਦਾ ਉਹ ਕਰਨ, ਐਕਸਾਈਜ਼ 'ਚੋਂ ਰੈਵਨਿਊ ਜਨਰੇਟ ਕਰਨ, ਰੇਤੇ ਬਜਰੀ ਤੋਂ ਰੈਵਨਿਊ ਜਨਰੇਟ ਕਰਨ, ਰੂਰਲ ਡਿਵੈਲਪਮੈਂਟ ਫੰਡ ਹੈ, ਵੈਟ ਹੈ, ਐਕਸਾਈਜ਼, ਇਹ ਸਾਰਾ ਕੁਛ ਕਰਨ। ਆਹ ਜਿਹੜੀਆਂ ਭਗਵੰਤ ਮਾਨ ਨੌਟੰਕੀ ਕਰਨ ਲੱਗਿਆ ਹੋਇਆ, ਇਹ ਨੌਟੰਕੀ ਪੰਜਾਬ ਦੇ ਲੋਕਾਂ ਨੂੰ ਰਿਜੈਕਟ ਕਰਨੀ ਚਾਹੀਦੀ ਹੈ। ਅਬ ਉਪਲਬਧ ਹੈ 1100 ਪਲੱਸ ਡਿਜੀਟਲ ਕੇਬਲ ਨੈਟਵਰਕ ਪਰ ਐਨ ਐਂਡਰੋਇਡ ਬੇਸਡ ਡੀਟੀਐਚ ਸਮਾਰਟ ਸੈਟਅਪ ਬਾਕਸ ਸਭੀ ਓਟੀਟੀ ਪਲੈਟਫਾਰਮ 24 ਘੰਟੇ ਲਾਈਵ ਦੇਖੇ ਹਮਾਰੇ ਸੋਸ਼ਲ ਮੀਡੀਆ ਪੇਜਸ ਪਰ।